ਮਿਸਿਸ ਚੰਡੀਗੜ੍ਹ 2019 ਦੇ ਵਿੱਚ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ, ਵੈਲਕਮ, ਖੁਸ਼ ਆਮਦੀਦ। ਜ਼ੋਰਦਾਰ ਤਾਲੀਆਂ ਦੇ ਨਾਲ ਇਹਨਾਂ ਖੂਬਸੂਰਤ ਮੁਟਿਆਰਾਂ ਦਾ ਸਵਾਗਤ ਕਰੀਏ ਜਿਹੜੀਆਂ ਆਪਣੇ ਕਿਚਨ 'ਚੋਂ ਨਿਕਲ ਕੇ ਅੱਜ ਸਮਾਂ ਕੱਢ ਕੇ ਇਸ ਮਿਸਿਸ ਪੰਜਾਬ ਦੇ ਐਡੀਸ਼ਨ ਦੇ ਵਿੱਚ ਆਈਆਂ ਨੇ ਹੁਮ ਹੁਮਾ ਕੇ। ਅਤੇ ਤੁਹਾਡੇ ਸਾਰਿਆਂ ਦੀਆਂ ਜ਼ੋਰਦਾਰ ਤਾਲੀਆਂ ਦੇ ਨਾਲ ਸਭ ਤੋਂ ਪਹਿਲਾਂ ਮੈਂ ਇਸ ਮੰਚ 'ਤੇ ਆਪਣੇ ਨਾਲ ਹੋਸਟ ਕਰਨ ਲਈ ਸੱਦਾ ਦੇਣ ਜਾ ਰਹੇ ਸਾਡੀ ਬਹੁਤ ਹੀ ਪਿਆਰੀ ਦੋਸਤ ਕਿਰਨ ਰੰਧਾਵਾ। ਮੈਂ ਚਾਹੁੰਗਾ ਤੁਹਾਡੀ ਤਾਲੀਆਂ ਦੀ ਜਿਹੜੀ ਗੂੰਜ ਹੈ ਘਟਣੀ ਨਹੀਂ ਚਾਹੀਦੀ। ਕਿਰਨ ਜੀ, ਮੋਸਟ ਵੈਲਕਮ ਮਿਸਿਸ ਪੰਜਾਬ 2019 ਮਿਸਿਸ ਚੰਡੀਗੜ੍ਹ ਦੇ ਇਸ ਆਡੀਸ਼ਨ ਦੇ ਵਿੱਚ ਤੁਹਾਡਾ। ਥੈਂਕ ਯੂ ਜੀ। ਮੈਂ ਕੁੜੀ ਹਾਂ ਉਸ ਪੰਜਾਬ ਦੀ ਜਿਹਨੇ ਜਨਮ ਲਿਆ ਪੰਜਾਬ ਪਾਣੀਆਂ 'ਚੋਂ। ਮੈਂ ਸੁਰ ਹਾਂ ਉਸ ਪੰਜਾਬ ਦੀ ਜਿਹਨੇ ਸਿੱਖਿਆ ਰਾਗ ਗੁਰੂ ਬਾਣੀਆਂ 'ਚੋਂ। ਮੈਨੂੰ ਗੁੜਤੀ ਮਿਲੀ ਹੈ ਗਾਵਣੇ ਦੀ ਹੀਰ ਰਾਂਝਾ ਸੱਸੀ ਪੁੰਨੂ ਦੀਆਂ ਕਹਾਣੀਆਂ 'ਚੋਂ। ਮੇਰੇ ਬੋਲਾਂ 'ਚੋਂ ਖਿੜਨ ਪਿਆਰ ਦੀਆਂ ਕਿਰਨਾਂ ਜਿਵੇਂ ਖਿੜਦੇ ਨੇ ਫੁੱਲ ਵਾਂਗ ਟਾਹਣੀਆਂ 'ਚੋਂ। ਜੀ ਮੈਂ ਕਿਰਨ ਰੰਧਾਵਾ। ਥੈਂਕ ਯੂ ਜੀ। ਤੁਹਾਡਾ ਸਭ ਦਾ ਮਿਸਿਸ ਪੰਜਾਬ 2019 ਦੇ ਇਸ ਸੂਰਤ ਅਤੇ ਸੀਰਤ ਦੇ ਸੁਮੇਲ ਦੇ ਇੱਕ ਵਿਲੱਖਣ ਮੁਕਾਬਲੇ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੀ ਹਾਂ। ਜੀਆਂ ਆਖਦੀ ਹਾਂ ਵੈਲਕਮ ਟੂ ਈਚ ਐਂਡ ਐਵਰੀ ਵਨ ਪ੍ਰੈਜੈਂਟ ਹੇਅਰ। ਇਸ ਸ਼ੋਅ ਦੇ ਬਾਰੇ ਗੱਲ ਕਰਾਂ ਸਭ ਤੋਂ ਪਹਿਲਾਂ। ਬਿਲਕੁਲ 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 ਕਿਰਨ ਜੀ। ਤਾਂ ਇਸ ਸ਼ੋਅ ਦੀ ਇੱਕ ਖਾਸ ਗੱਲ ਕਿ ਕੋਈ ਕਾਸਟ, ਕੋਈ ਰਿਲੀਜਨ, ਇਹਦੀ ਕੋਈ ਬਾਰ ਨਹੀਂ ਰੱਖੀ ਗਈ ਹੈ। ਔਰ ਹਰ ਕਾਸਟ ਔਰ ਰਿਲੀਜਨ ਦੀ ਜਿਹੜੀਆਂ ਔਰਤਾਂ ਨੇ, ਲੇਡੀਜ਼ ਨੇ ਪਾਰਟੀਸਪੇਟ ਕਰ ਸਕਦੀਆਂ ਨੇ। ਇੱਕੋ ਇੱਕ ਕ੍ਰਾਈਟੀਰੀਆ ਸੈੱਟ ਕੀਤਾ ਗਿਆ ਜੀ ਇਸ ਵਿੱਚ ਪਾਰਟੀਸਪੇਟ ਕਰਨ ਦੇ ਲਈ ਕਿ ਲੜਕੀ ਮੈਰਿਡ ਹੋਣੀ ਚਾਹੀਦੀ ਹੈ। ਔਰ 9 to 9 ਐਂਟਰਟੇਨਮੈਂਟ ਦੇ ਇਸ ਖੂਬਸੂਰਤ ਉਪਰਾਲੇ ਦੇ ਵਿੱਚ, ਇਸ ਖੂਬਸੂਰਤ ਸਫ਼ਰ ਦੇ ਵਿੱਚ ਮੈਂ ਬਤੌਰ ਐਂਕਰ ਤੁਹਾਨੂੰ ਸਭ ਨੂੰ ਇਸ ਸ਼ੋਅ ਦੇ ਨਾਲ ਜੋੜਨ ਲਈ ਬਿਲਕੁਲ ਤਿਆਰ ਹਾਂ ਜੀ। ਮੋਸਟ ਵੈਲਕਮ ਕਿਰਨ ਜੀ। ਅਤੇ ਮੈਂ ਤੁਹਾਡੇ ਸਾਰਿਆਂ ਦੀਆਂ ਜ਼ੋਰਦਾਰ ਤਾਲੀਆਂ ਦੇ ਨਾਲ ਮੰਚ 'ਤੇ ਸੱਦਾ ਦੇਣ ਜਾ ਰਿਹਾ 9 to 9 ਐਂਟਰਟੇਨਮੈਂਟ ਦੇ ਡਾਇਰੈਕਟਰ ਮਿਸਟਰ ਪਰਮਿੰਦਰ ਜੀ ਦਾ ਕਿ ਪਲੀਜ਼ ਆਓ ਸਟੇਜ 'ਤੇ, ਸਾਨੂੰ ਜੁਆਇਨ ਕਰੋ ਤਾਂ ਕਿ ਅਸੀਂ ਜਿਹੜੇ ਸਾਡੇ ਅੱਜ ਦੀਆਂ ਪਰਸਨੈਲਿਟੀਜ਼ ਨੇ ਉਹਨਾਂ ਨੂੰ ਅਸੀਂ ਫਲੋਰਲ ਵੈਲਕਮ ਕਰਕੇ ਓਨਰ ਕਰੀਏ। ਮੈਂ ਰਿਕੁਐਸਟ ਕਰੂੰਗਾ ਅਰਾਧਨਾ ਨੂੰ ਕਿ ਪਲੀਜ਼ ਉਹ ਜੁਆਇਨ ਕਰੋ ਸਾਨੂੰ ਨਾਲ ਫਲੋਰਲ ਵੈਲਕਮ ਦੇ ਲਈ। ਅਤੇ ਦੋਸਤੋ, ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦੀ ਜ਼ੋਰਦਾਰ ਤਾਲੀਆਂ ਦੇ ਨਾਲ ਸਾਡੇ ਲਾਸਟ ਈਅਰ ਦੇ ਟਾਈਟਲ ਵਿਨਰ ਮਿਸਿਸ ਚੰਡੀਗੜ੍ਹ ਦਿਵਿਆ ਸ਼ਰਮਾ, ਜ਼ੋਰਦਾਰ ਤਾਲੀਆਂ ਪਲੀਜ਼ ਮੰਚ 'ਤੇ ਆਓ। ਦੇਖੋ ਜੀ, ਸਾਡੇ ਡਾਇਰੈਕਟਰ ਸਾਹਿਬ ਰਿਸਪੈਕਟਡ ਪਰਮਿੰਦਰ ਸਿੰਘ ਜੀ ਆਪਣੇ ਆਪ ਵਿੱਚ ਵਧਾਈ ਦੇ ਪਾਤਰ ਨੇ। ਔਰ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਿ ਜਿਹੜਾ ਇਹੋ ਜਿਹਾ ਮੰਚ ਲੈ ਕੇ ਆਏ ਨੇ ਕਿ ਜਿਹੜੀਆਂ ਲੜਕੀਆਂ ਨੂੰ ਵਿਆਹ ਤੋਂ ਪਹਿਲਾਂ ਮੌਕਾ ਨਹੀਂ ਸੀ ਮਿਲ ਸਕਿਆ ਕਿਸੇ ਵੀ ਪਰਿਵਾਰ ਕਾਰਨ ਕਰਕੇ, ਅੱਜ ਉਹ ਇਸ ਮੰਚ ਨਾਲ ਜੁੜੀਆਂ ਨੇ ਔਰ ਅੱਗੇ ਵਧਣ ਬਾਰੇ ਸੋਚ ਰਹੀਆਂ ਨੇ। ਇਹਨਾਂ ਨੇ ਇਹਨਾਂ ਔਰਤਾਂ ਦੇ, ਇਹਨਾਂ ਲੜਕੀਆਂ ਦੇ ਸੁਪਨਿਆਂ ਦੇ ਖੰਭਾਂ ਵਿੱਚ ਜਾਨ ਪਾਉਣ ਦਾ ਕੰਮ ਕੀਤਾ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਬਹੁਤ ਬਹੁਤ ਵਧਾਈ ਦੇ ਪਾਤਰ ਤੁਸੀਂ, ਮੁਬਾਰਕਬਾਦ। ਔਰ ਅਸੀਂ ਹੁਣ ਆਪਣੇ ਡਾਇਰੈਕਟਰ ਸਾਹਿਬ ਜੀ ਦਾ ਫਲੋਰਲ ਇੱਕ ਧੰਨਵਾਦ ਕਰਨਾ ਚਾਹਾਂਗੀ। ਦਿਵਿਆ ਸ਼ਰਮਾ, ਜੀ ਬਿਲਕੁਲ ਉਹ ਚਿਹਰਾ ਜਿਹੜਾ ਪੰਜਾਬੀ ਇੰਡਸਟਰੀ ਦੇ ਵਿੱਚ ਕਾਫੀ ਨਾਮਣਾ ਖੱਟ ਰਿਹਾ ਹੈ, ਜਿਨ੍ਹਾਂ ਨੂੰ ਮੈਂ ਕਾਫੀ ਵੀਡੀਓ ਕਲਿਪਸ ਵਿੱਚ ਵੇਖਿਆ ਔਰ ਅੱਜ ਮੈਂ ਉਹਨਾਂ ਨਾਲ ਲਾਈਵ ਮੁਲਾਕਾਤ ਕਰਨ ਜਾ ਰਹੀ ਹਾਂ। ਔਰ ਇੱਕ ਹੈਂਡਸਮ ਫਿਟਨੈਸ ਫਰੀਕ ਨਨ ਅਦਰ ਦੈਨ ਗੌਰਵ ਨਾਗਪਾਲ ਜੀ, ਅਸੀਂ ਉਹਨਾਂ ਨੂੰ ਸੱਦਾ ਦਿੰਦੇ ਹਾਂ ਜੀ ਮੰਚ ਉੱਤੇ। ਔਰ ਮੈਂ ਰਿਕੁਐਸਟ ਕਰਦੀ ਹਾਂ ਇਸ 9 to 9 ਐਂਟਰਟੇਨਮੈਂਟ ਦੇ ਔਰਗਨਾਈਜ਼ਰ ਪਰਮਿੰਦਰ ਸਿੰਘ ਜੀ ਨੂੰ ਕਿ ਪਲੀਜ਼ ਉਹ ਸਾਡੇ ਅੱਜ ਦੇ ਮਹਿਮਾਨ ਦਾ ਫੁੱਲਾਂ ਦੇ ਗੁਲਦਸਤੇ ਦੇ ਨਾਲ ਵੈਲਕਮ ਕਰਨ। ਨਿੱਘਾ ਸਵਾਗਤ ਹੈ ਜੀ ਤੁਹਾਡਾ ਇਸ ਸ਼ੋਅ ਦੇ ਵਿੱਚ। ਤੁਹਾਡੀਆਂ ਜ਼ੋਰਦਾਰ ਤਾੜੀਆਂ, ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਜੀ। ਹੁਣ ਇੱਕ ਮੁਟਿਆਰ ਜਿਨ੍ਹਾਂ ਦੀ ਮੈਂ ਅੱਜ ਹੀ ਜਿਨ੍ਹਾਂ ਨਾਲ ਮੁਲਾਕਾਤ ਕੀਤੀ ਔਰ ਅੱਜ ਹੀ ਮੈਂ ਉਹਨਾਂ ਦੀ ਫੈਨ ਹੋ ਗਈ ਹਾਂ, ਇੱਕ ਸਟਰੋਂਗ ਪਰਸਨੈਲਿਟੀ ਜੋ ਕਿ ਮਿਸਿਸ ਪੰਜਾਬ 2017 ਰਹਿ ਚੁੱਕੇ ਨੇ। ਅੱਜ ਦੀਆਂ ਸਾਰੀਆਂ ਪਾਰਟੀਸਪੈਂਟਸ ਦੇ ਲਈ ਮੋਟੀਵੇਸ਼ਨ, ਇੱਕ ਐਗਜ਼ਾਮਪਲ। ਔਰ ਅਸੀਂ ਸਵਾਗਤ ਕਰਦੇ ਹਾਂ ਜੀ ਸਮ੍ਰਿਤੀ ਓਬਰੋਏ ਜੀ ਦਾ। ਜ਼ੋਰਦਾਰ ਤਾਲੀਆਂ ਦੋਸਤੋ ਹਮਾਰੇ ਬਹੁਤ ਹੀ ਪਿਆਰੇ ਸੋਨਪ੍ਰੀਤ ਜਵਾਲਾ ਜੀ ਕੇ ਲੀਏ, ਜਿਨਕੀ ਲੇਟੈਸਟ
4 दिन पहले ही मूवी रिलीज आई है साख। साख तुहानू पता कि इहनू साख हुंदा की है, की हुंदा साख? हाँ, रिश्ता। पुराने समय में रिश्ते किदा मतलब लभदे सीगे पेरेंट्स, उहदे ते बेस्ड सारी फिल्मां बड़ी अच्छी है, जरूर वेखियो। तो तुहाडे जोरदार तालियां दे नाल मंच ते सदा दे रहे हैं सोनप्रीत जी। वेलकम परमिंदर सर, प्यारे प्यारे फुलां दे नाल वेलकम करो भाजी का। सारे आए हुए पार्टिसिपेंट्स नूं पहलां तां सति श्री अकाल ते बेस्ट ऑफ लक कि अज अच्छे तरीके नाल परफॉर्म करना। वैसे तां रुकावटां अज बहुत आईयां ने, ते चलो फाइनली आपां हुण तैयार हाँ, स्टेज भी तैयार है। ते अगेन बेस्ट ऑफ लक, परफॉर्म वैल एंड डू वैल। साडे अज दे ईवेंट दे जिहड़े सोहणे सोहणे तुसीं चेहरे वेख रहे हो, साडे अज दे जिहड़े स्पोंसर ने सुखमनी सिद्धू, असीं उहनां दा भी थैंक्स करना चाहोंगे कि उन्होंने सारे साडे जिहड़े जजिज ने उन्होंने अपने मेकअप दे जिहड़ा हुनर उहनां नाल सोहणे सोहणे बना के साडे सामने इत्थे बिठाया। थैंक्स अ लॉट। हुण मैं गुजारिश करूँगा सारे साडे जजिज दा कि प्लीज़ अज दा जिहड़ा इह ईवेंट है इहदा शमा रोशन करके शुभ आरंभ करिए, ते तां जो असीं इहनूं वधिया तरीके दे नाल स्टार्ट करिए। हाँ जी, शमा रोशन करन दी रस्म निभाई जा रही है जी। मैं चाहनी हूँ साड़ियाँ सारिया कंटेस्टेंट्स प्लीज इन रिस्पेक्ट ऑफ दिस सेरेमनी खड़े होके अपना शुरुआत आगाज करिए अपने प्रोग्राम का। वारी है सब तो पहला तुहाडा रैंप राउंड्स पार्टिसिपेंट्स दा। मैं चाहूँगा कि किरण जी सारिया नूं सद्दा देन। हाँ जी, हर प्रोग्राम हर कॉम्पीटिशन दे कुछ रूल्स हुंदे ने, कुछ रेगुलेशंस हुंदे ने। सब तो पहला रूल, किसी ने डरना नहीं, ठीक है जी। पूरे कॉन्फिडेंस दे नाल परफॉर्म करना, ये रूल सारे पार्टिसिपेंट्स दे लिए। सैकेंडली आपां गल करिए इस मुकाबले दे राउंड्स बारे। पहला राउंड होएगा जी तुहाडा वॉक दा, रैंप वॉक होएगी। सिर्फ तुहाडी मोरां वर्गी तौर ही नहीं परखी जाएगी, इस विच तुसी जो अज ड्रेस पा के आए हो उसनों तुसी किवें कैरी करदे हो स्टेज उपर, और तुहाडी वॉक दे नाल नाल जजेस नाल तुहाडा इंट्रैक्शन भी होएगा। कुछ तुहाडी लाइफ दे बारे, ट्रेडिशन दे बारे दो चार सवाल जवाब भी होणगे। सो मैनूं लगदा साडा मंच बिल्कुल सज चुका है, रौनकां लग चुकियां ने, और साडियां कंटेस्टेंट्स बिल्कुल तैयार बैठियां ने। सो बहुत ही देर ना करते हुए शुरू करना चाहिए था, मैनूं लगदा। बिल्कुल जी, बिल्कुल बिल्कुल सही गल है। तो सब तो पहला टैग नंबर 101 प्लीज रेडी रहन। सो तुहाडे सारे जोरदार ताड़ियां दे विचकार खूबसूरत मुटियार राउंड 1 दे विच। Oh, 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 oh,
ਮੈਂ ਉਸ ਮਿੱਟੀ ਦੀ ਜਾਈ ਹਾਂ ਜਿੱਥੇ ਸਾਂਝ ਹੈ ਗੁਰੂਆਂ ਪੀਰਾਂ ਦੀ, ਮੈਂ ਉਸ ਮਿੱਟੀ ਦੀ ਯਾਤਕ ਹਾਂ ਜਿੱਥੇ ਖੁਸ਼ਬੂ ਰਾਂਝੇ ਹੀਰਾਂ ਦੀ, ਮੈਂ ਬਾਬੁਲ ਦੇ ਸਿਰ ਦੀ ਪਗੜੀ ਹਾਂ ਅਤੇ ਰੱਖੜੀ ਸੋਹਣੇ ਵੀਰਾਂ ਦੀ, ਅੱਜ ਗੱਲ ਸੁਣਾ ਕੇ ਜਾਂਦੀ ਹਾਂ ਮੈਂ ਤੀ ਨਹੀਂ ਮੈਂ ਮਿੱਟੀ ਹਾਂ ਦੇਸ ਪੰਜਾਬ ਦੀ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਜੈਸਮਿਨ ਕੌਰ ਬੇਦੀ ਹੈ ਅਤੇ ਮੈਂ ਜਿਹਨਾਂ ਨਾਲ ਵਿਆਹੀ ਹੋਈ ਹਾਂ ਉਹਨਾਂ ਦਾ ਨਾਮ ਸਰਦਾਰ ਵਿਕਰਮ ਬੇਦੀ ਹੈ। ਮੇਰੀ ਕੁਆਲੀਫਿਕੇਸ਼ਨ ਬੀ ਕੌਮ ਐੱਮ ਕੌਮ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅਤੇ ਬਾਈ ਪ੍ਰੋਫੈਸ਼ਨ ਮੈਂ ਗੌਰਮੈਂਟ ਬੈਂਕਰ ਹਾਂ ਅਤੇ ਮੈਨੂੰ ਗਿੱਧੇ ਦਾ, ਭੰਗੜੇ ਦਾ ਅਤੇ ਕਲਚਰਲ ਇਵੈਂਟਸ ਦਾ ਬਹੁਤ ਸ਼ੌਕ ਹੈ ਅਤੇ ਮੈਂ ਇੱਥੇ ਆਪਣੀ ਫੈਮਿਲੀ ਦੀ ਸਪੋਰਟ ਨਾਲ ਆਈ ਹਾਂ ਅਤੇ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਪਰਮਿੰਦਰ ਸਿਰ ਦਾ 9 to 9 ਐਂਟਰਟੇਨਮੈਂਟ ਦਾ, ਜਿਨ੍ਹਾਂ ਨੇ ਸਾਨੂੰ ਅੱਗੇ ਵਧਣ ਦਾ ਇੱਕ ਮੌਕਾ ਦਿੱਤਾ। ਧੰਨਵਾਦ। ਜੈਸਮੀਨ ਜੀ ਸਤਿ ਸ਼੍ਰੀ ਅਕਾਲ, ਬਹੁਤ ਸੋਹਣੇ ਲੱਗ ਰਹੇ। ਸਤਿ ਸ਼੍ਰੀ ਅਕਾਲ ਮੈਮ। ਕਿੰਨਾ ਟਾਈਮ ਹੋ ਗਿਆ ਤੁਹਾਡੇ ਵਿਆਹ ਨੂੰ? ਮੈਮ ਮੇਰੀ ਮੈਰਿਜ ਨੂੰ 1.5 ਈਅਰਸ ਹੋ ਗਏ ਨੇ। ਓਕੇ, ਚੂੜੇ ਚੂੜਾ ਪਾਉਣ ਦਾ ਸ਼ੌਂਕ ਹੈ ਮਤਲਬ? ਹਾਂਜੀ, ਚੂੜਾ ਪਾਉਣ ਦਾ ਸ਼ੌਂਕ। ਅੱਛਾ ਜੀ, ਜੈਸਮੀਨ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਇੱਕ ਕੁੜੀ ਲਈ ਆਪਣੇ ਬਾਰੇ ਸੋਚਣਾ ਕਿੰਨਾ ਕੁ ਸਹੀ ਹੈ? ਮਤਲਬ ਹਮੇਸ਼ਾ ਅਸੀਂ ਦੇਖਦੇ ਹਾਂ ਜਿਹੜੀ ਇੱਕ ਲੇਡੀ ਹੁੰਦੀ ਹੈ ਨਾ, ਉਹ ਚਾਹੇ ਸਾਡੀ ਮਾਂ ਹੈ ਚਾਹੇ ਕੋਈ ਭੈਣ ਦੇ ਰੂਪ 'ਚ ਜਾਂ ਵਾਈਫ ਦੇ ਰੂਪ 'ਚ ਹੈ, ਉਹ ਹਮੇਸ਼ਾ ਇਹੀ ਕੋਸ਼ਿਸ਼ ਕਰਦੀ ਹੈ ਕਿ ਮੈਂ ਸਾਰਿਆਂ ਨੂੰ ਖੁਸ਼ ਕਰਾਂ। ਮਤਲਬ ਮੇਰੇ ਤੋਂ ਕੋਈ ਬੰਦਾ ਨਾਰਾਜ਼ ਨਾ ਹੋਵੇ ਘਰ ਵਿੱਚ ਜਿੰਨੇ ਲੋਕ ਪ੍ਰੈਜ਼ੈਂਟ ਨੇ, ਹਮੇਸ਼ਾ ਕੋਸ਼ਿਸ਼ ਕਰਦੀ ਹੈ। ਪਰ ਕਿਤੇ ਨਾ ਕਿਤੇ ਸਾਰਿਆਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਉਹ ਆਪਣੇ ਆਪ ਨੂੰ ਅੰਦਰ ਹੀ ਅੰਦਰ ਨਾ ਖੁਸ਼ ਤਾਂ ਉਹ ਹੁੰਦੀ ਹੈ ਬਹੁਤ ਵਾਰ ਜਗ੍ਹਾ 'ਤੇ, ਪਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਬਹੁਤ ਜਗ੍ਹਾ 'ਤੇ ਦਬਾਉਂਦੀ ਹੈ ਜਾਂ ਬਹੁਤ ਕੁਛ ਫੇਸ ਕਰਦੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਚੱਕਰ 'ਚ ਕੁੜੀ ਨੂੰ ਸੈਲਫਿਸ਼ ਹੋਣਾ ਚਾਹੀਦਾ, ਥੋੜ੍ਹਾ ਜਿਹਾ ਆਪਣੇ ਬਾਰੇ ਸੋਚਣਾ ਚਾਹੀਦਾ? ਥੈਂਕ ਯੂ ਫੋਰ ਦ ਕੁਐਸਚਨ ਮੈਮ। ਮੈਮ ਮੇਰੇ ਅਕੋਰਡਿੰਗ ਕੁੜੀ ਨੂੰ ਆਪਣੇ ਬਾਰੇ ਵੀ ਸੋਚਣਾ ਚਾਹੀਦਾ ਹੈ। ਇੱਕ ਕੁੜੀ ਇੱਕ ਮਾਂ ਇੱਕ ਮਮਤਾ ਦਾ ਰੂਪ ਹੁੰਦੀ ਹੈ। ਮਾਂ ਸਾਨੂੰ ਸੈਕਰੀਫਾਈਸ ਸਿਖਾਉਂਦੀ ਹੈ, ਪਿਆਰ ਸਿਖਾਉਂਦੀ ਹੈ। ਇੱਕ ਭੈਣ ਸਾਨੂੰ ਕੇਅਰਿੰਗ ਸਿਖਾਉਂਦੀ ਹੈ, ਸ਼ੇਅਰਿੰਗ ਸਿਖਾਉਂਦੀ ਹੈ। ਪਰ ਮੇਰੇ ਅਕੋਰਡਿੰਗ ਕੁੜੀ ਨੂੰ ਆਪਣੇ ਬਾਰੇ ਵੀ ਸੋਚਣਾ ਚਾਹੀਦਾ ਹੈ, ਸਭ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਅਤੇ ਜੇ ਅਸੀਂ ਆਪਣੀ ਫੈਮਿਲੀ ਦਾ ਖਿਆਲ ਰੱਖਦੇ ਹਾਂ ਤਾਂ ਮੇਰੇ ਅਕੋਰਡਿੰਗ ਉਹ ਵੀ ਸਾਡਾ ਓਨਾ ਹੀ ਖਿਆਲ ਰੱਖਣ। ਅਤੇ ਮਤਲਬ ਆਪਣੇ ਲਈ ਮੈਂ ਕਿਹਾ ਤੁਸੀਂ ਉਹ ਫੈਮਿਲੀ ਦੀ, ਤਾਂ ਚਲੋ ਬਾਅਦ ਵਿੱਚ ਦੀ ਗੱਲ ਆ ਗਈ ਕਿ ਕੁੜੀ ਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਕਿ ਆਪਣੀ ਖੁਸ਼ੀਆਂ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦਾ ਕਿ ਨਹੀਂ ਚੱਲਣਾ ਚਾਹੀਦਾ? ਹਾਂਜੀ ਮੈਮ, ਬਿਲਕੁਲ। ਕੁੜੀ ਨੂੰ ਆਪਣੀ ਖੁਸ਼ੀਆਂ ਦਾ, ਆਪਣੇ ਸੁਪਨਿਆਂ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ, ਜ਼ਰੂਰ ਪੂਰਾ ਕਰਨਾ ਚਾਹੀਦਾ। ਓਕੇ, ਤੁਹਾਨੂੰ ਕਿਸ ਨੇ ਇੰਸਪਾਇਰ ਕੀਤਾ ਮਿਸਿਸ ਪੰਜਾਬ ਚ ਆਉਣ ਲਈ? ਮੈਮ ਐਕਚੁਲੀ ਮੈਂ ਮਿਸ PTC ਪੰਜਾਬ ਹਰ ਸਾਲ ਰਾਊਂਡ ਦੇਖਦੀ ਸੀ, ਬਟ ਮੇਰੇ ਫੈਮਿਲੀ ਰੀਜ਼ਨਸ ਮੈਂ ਪਾਰਟ ਲੈਣਾ ਸੀਗਾ। ਮੇਰੇ ਮਦਰ ਦੀ ਡੈਥ ਹੋ ਗਈ, ਫਿਰ ਨੈਕਸਟ ਈਅਰ ਮੇਰੇ ਫਾਦਰ ਦੀ ਡੈਥ ਹੋ ਗਈ ਅਤੇ ਮੈਂ ਪਾਰਟੀਸਪੇਟ ਨਹੀਂ ਕਰ ਪਾਈ। ਅਤੇ ਹੁਣ ਮੈਰਿਜ ਤੋਂ ਬਾਅਦ ਮੇਰੇ ਹਸਬੈਂਡ ਨੇ ਬਹੁਤ ਸਪੋਰਟ ਕੀਤਾ, ਉਹ ਕਹਿੰਦੇ ਤੁਹਾਨੂੰ ਸ਼ੌਂਕ ਹੈ ਅਤੇ ਜ਼ਰੂਰ ਆਪਣੇ ਸੁਪਨੇ ਪੂਰੇ ਕਰੋ, ਅੱਗੇ ਵਧੋ। ਅਤੇ ਪੰਜਾਬੀ ਕਲਚਰ ਵਾਲੇ ਤੁਸੀਂ ਨੌਲੇਜ ਰੱਖਦੇ ਹੋ? ਹਾਂਜੀ ਮੈਮ। ਕੁੜੀਆਂ ਦੇ ਵਿਆਹ ਵਿੱਚ ਜਿਹੜੇ ਗੀਤ ਗਾਏ ਜਾਂਦੇ ਆ ਉਹਨਾਂ ਨੂੰ ਕੀ ਕਿਹਾ ਜਾਂਦਾ? ਉਹਨਾਂ ਨੂੰ ਸੁਹਾਗ ਕਿਹਾ ਜਾਂਦਾ ਜੀ। ਅਤੇ ਮੁੰਡੇ ਦੇ ਵਿਆਹ 'ਤੇ? ਉਹਨਾਂ ਨੂੰ ਕੁੜੀਆਂ ਕਿਹਾ ਜਾਂਦਾ ਜੀ। ਥੈਂਕ ਯੂ ਮੈਮ। ਸਤਿ ਸ਼੍ਰੀ ਅਕਾਲ ਮੈਮ, ਪਹਿਲਾਂ ਤਾਂ ਤੁਹਾਡਾ ਪਹਿਰਾਵਾ ਬਹੁਤ ਵਧੀਆ ਲੱਗ ਰਿਹਾ, ਅਤੇ ਤੁਸੀਂ ਬੇਸਿਕਲੀ ਬਿਲੋਂਗ ਕਿੱਥੋਂ ਕਰਦੇ ਹੋ? ਸਰ ਮੈਂ ਚੰਡੀਗੜ੍ਹ ਸ਼ਹਿਰ ਨੂੰ ਹੀ ਬਿਲੋਂਗ ਕਰਦੀ ਹਾਂ। ਅੱਛਾ, ਮੈਨੂੰ ਇਹ ਦੱਸੋ ਜਿਵੇਂ ਤੁਸੀਂ ਆਪਣੀ ਇੰਟਰੋਡਕਸ਼ਨ ਦਿੱਤੀ ਹੈ ਨਾ, ਇਟ ਵਾਜ਼ ਗੁੱਡ, ਰੀਅਲੀ ਨਾਈਸ, ਤੁਸੀਂ ਉਹਦੇ ਵਿੱਚ ਮੈਨੂੰ ਕਿਤੇ ਕਿਤੇ ਲੱਗਿਆ ਜੇ ਆਪਾਂ ਮਿਸਿਸ ਪੰਜਾਬ ਦੇ ਸ਼ੋਅ 'ਚ ਥੋੜ੍ਹੇ ਹੀ ਐਕਸੈਂਟ, ਥੋੜ੍ਹਾ ਇੰਗਲਿਸ਼ ਟੱਚ ਆ ਰਿਹਾ ਸੀ, ਉਹ ਮਤਲਬ ਤੁਹਾਡਾ ਨੈਚੁਰਲ ਉੱਦਾਂ ਹੈ ਕਿ ਅੱਜ ਹੀ ਆ ਰਿਹਾ? ਨਹੀਂ ਸਰ, ਨੈਚੁਰਲੀ ਆਈ ਡੋਂਟ ਨੋ, ਬਟ ਸ਼ਾਇਦ ਵੈਸੇ ਮੈਂ ਕੁਛ ਇੱਦਾਂ ਨਹੀਂ ਸ਼ੋਅ ਆਫ ਨਹੀਂ ਕੀਤਾ। ਓਕੇ, ਨਹੀਂ ਨਹੀਂ ਨਹੀਂ, ਮੈਂ ਸ਼ੋਅ ਆਫ ਤਾਂ ਨਹੀਂ, ਮੈਂ ਮਤਲਬ ਜਨਰਲ ਕੁਐਸਚਨ ਪੁੱਛਿਆ ਸੀਗਾ ਵੀ ਇਹ ਟੱਚ ਤੁਹਾਡਾ ਸ਼ੁਰੂ ਤੋਂ ਹੀ ਆ? ਹਾਂਜੀ ਸਰ, ਇਹ ਸ਼ੁਰੂ ਤੋਂ ਹੀ ਹੈ। ਚਲੋ, ਬਟ ਅੱਗੇ ਜਾ ਕੇ ਕੁਐਸਚਨਸ ਅਪਾਰਟ ਉਹ ਆਪਾਂ ਪੁੱਛਦੇ ਰਹਾਂਗੇ, ਬਟ ਅੱਗੇ ਜਾ ਕੇ ਥੋੜ੍ਹਾ ਟੱਚ ਦੇ ਵਿੱਚ ਹੈ ਨਾ ਪੰਜਾਬੀ ਤੁਹਾਨੂੰ ਹੋਰ ਲਿਆਉਣੀ ਪਊਗੀ ਅਤੇ ਇਹਦੇ ਉੱਪਰ ਤੁਸੀਂ ਵਰਕ ਕਰਿਓ। ਬਾਕੀ ਜਿੰਨੀ ਵੀ ਤੁਸੀਂ ਆਪਣੇ ਬਾਰੇ ਦੱਸਿਆ ਬਹੁਤ ਵਧੀਆ ਲੱਗਿਆ ਸੁਣ ਕੇ, ਅਤੇ ਤੁਹਾਡਾ ਪਹਿਰਾਵਾ ਅਤੇ ਤੁਹਾਡੀ ਇੰਟਰੋਡਕਸ਼ਨ ਬਹੁਤ ਬੈਸਟ ਸੀ। ਥੈਂਕ ਯੂ। ਥੈਂਕ ਯੂ ਸੋ ਮੱਚ ਸਰ। ਮੰਚ 'ਤੇ ਸੱਦਾ ਦੇਣ ਜਾ ਰਹੇ ਹਾਂ ਟੈਗ ਨੰਬਰ 802 ਮਿਸਿਜ਼ ਸੁਖਪ੍ਰੀਤ।
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਖਪ੍ਰੀਤ ਕੌਰ ਹੈ। ਮੇਰੇ ਸਰਦਾਰ ਜੀ ਦਾ ਨਾਮ ਗੁਰਲਾਲ ਸਿੰਘ ਆ। ਮੇਰੀ 1.5 ਸਾਲ ਦੀ ਬੇਟੀ ਹੈ ਗੁਰਸਿਫਤ ਕੌਰ। ਮੇਰੀ ਉਮਰ 24 ਸਾਲ ਹੈ। ਮੇਰੇ ਸ਼ੌਂਕ ਨੇ ਡਾਂਸਿੰਗ ਅਤੇ ਮਾਡਲਿੰਗ। ਧੰਨਵਾਦ ਜੀ। ਮੈਂ ਇੱਕ ਹਾਊਸ ਵਾਈਫ ਹਾਂ। ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਅਤੇ ਤੁਹਾਡੀ ਵਾਕ ਬਹੁਤ ਵਧੀਆ ਸੀ। ਥੈਂਕ ਯੂ। ਅਤੇ ਤੁਸੀਂ ਕਿਹਾ ਤੁਹਾਡੀ ਉਮਰ ਹੈ 24 ਸਾਲ, ਅਤੇ ਤੁਹਾਡੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ? 4 ਸਾਲ ਹੋ ਗਏ ਸਰ। 4 ਸਾਲ ਹੋ ਗਏ, ਬਹੁਤ ਛੋਟੀ ਉਮਰ 'ਚ ਵਿਆਹ ਹੋ ਗਿਆ। ਹਾਂਜੀ। ਕੋਈ ਖਾਸ ਰੀਜ਼ਨ ਸੀ ਜਾਂ ਵੈਸੇ ਹੀ? ਨਹੀਂ ਸਰ, ਵੈਸੇ ਹੀ ਘਰਦਿਆਂ ਨੂੰ ਚੰਗਾ ਰਿਸ਼ਤਾ ਲੱਭ ਗਿਆ, ਉਹਨਾਂ ਨੇ ਕਰਤਾ। ਅਤੇ ਜਦੋਂ ਤੁਸੀਂ ਮਿਸਿਜ਼ ਪੰਜਾਬ ਬਾਰੇ ਸੁਣਿਆ ਅਤੇ ਤੁਸੀਂ ਪਾਰਟੀਸਪੇਟ ਕਰਨ ਬਾਰੇ ਸੋਚਿਆ ਸੀ, ਅਤੇ ਸਭ ਤੋਂ ਪਹਿਲਾਂ ਕਿਹਨੂੰ ਦੱਸਿਆ ਸੀ? ਸਭ ਤੋਂ ਪਹਿਲਾਂ ਮੈਂ ਆਪਣੀ ਸਿਸਟਰ ਨੂੰ ਦੱਸਿਆ ਸੀ। ਓਕੇ। ਕਿਉਂਕਿ ਸ਼ੀ ਇਜ਼ ਮਾਈ ਆਈਡੀਅਲ। ਉਹ ਮੈਨੂੰ ਬਹੁਤ ਸਪੋਰਟ ਕਰਦੇ ਨੇ। ਉਹ ਕਹਿੰਦੇ ਤੂੰ ਜਾ। ਲਾਸਟ ਮੰਥ ਤੀਆਂ ਦਾ ਪ੍ਰੋਗਰਾਮ ਸੀਗਾ, ਉਹਦੇ 'ਚ ਮੈਂ ਮਿਸਿਜ਼ ਤੀਜ ਬਣੀ ਸੀ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਕਰ ਸਕਦੀ ਹੈ, ਤੂੰ ਜਾ। ਕੁਲਦੀਪ ਕੌਰ ਜੋ ਕਿ ਮਿਸਿਜ਼ ਪਟਿਆਲਾ ਰਹਿ ਚੁੱਕੇ ਨੇ, ਸ਼ੀ ਇਜ਼ ਮਾਈ ਫਰੈਂਡ, ਅਤੇ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਤੂੰ ਜਾ, ਤੂੰ ਕਰ ਸਕਦੀ ਹਾਂ। ਫਿਰ ਮੈਨੂੰ ਲੱਗਿਆ ਕਿ ਮੈਨੂੰ ਜਾਣਾ ਚਾਹੀਦਾ। ਵੈਸੇ ਮੇਰਾ ਸੁਪਨਾ ਸੀ, ਮੈਂ ਮਿਸ PTC ਪੰਜਾਬੀ TV 'ਤੇ ਦੇਖਦੀ ਹੁੰਦੀ ਸੀ। ਮੈਂ ਸੋਚਦੀ ਸੀ ਹਾਏ ਮੈਂ ਜਾਵਾਂ, ਹੈ ਨਾ, ਪਰ ਮੇਰੀ ਉਦੋਂ ਏਜ ਛੋਟੀ ਸੀ, ਹੈ ਨਾ। ਫਿਰ ਚਲੋ ਸਰ ਦਾ ਬੜਾ ਥੈਂਕ ਯੂ ਆ ਕਿ ਮੈਰਿਡ ਵੂਮੈਨ ਲਈ ਖੋਲ੍ਹਿਆ, ਅਤੇ ਸਾਡੇ ਇੱਥੇ ਸੁਪਨੇ ਪੂਰੇ ਹੋ ਰਹੇ ਨੇ। ਹਸਬੈਂਡ ਨੂੰ ਕਦੋਂ ਦੱਸਿਆ ਤੁਸੀਂ ਆਪਣਿਆਂ ਨੂੰ? ਹਸਬੈਂਡ ਨੂੰ ਦੱਸਿਆ ਸੀਗਾ ਮੈਂ। ਕੀ ਰਿਐਕਸ਼ਨ ਸੀ, ਫਸਟ ਰਿਐਕਸ਼ਨ ਕੀ ਸੀ ਉਹਨਾਂ ਦਾ? ਉਹ ਕਹਿੰਦੇ ਜਾ, ਤੂੰ ਕਰ ਸਕਦੀ ਆ, ਤੂੰ ਕਰ। ਵੈਰੀ ਵੈਰੀ ਗੁੱਡ। ਨਹੀਂ, ਮੇਰਾ ਪੁੱਛਣ ਦਾ ਰੀਜ਼ਨ ਇਹੀ ਸੀ ਕਿਉਂਕਿ ਛੋਟੀ ਉਮਰ 'ਚ 24 ਸਾਲ ਦੇ ਨੇ ਮੈਰਿਜ ਹੋ ਗਈ, ਅਤੇ ਜਦੋਂ ਤੁਹਾਡੇ ਹਸਬੈਂਡ ਦੀ ਸਪੋਰਟ ਆ ਜਾਂ ਤੁਹਾਡੀ ਫੈਮਿਲੀ ਦੀ ਸਪੋਰਟ ਹੁੰਦੀ ਹੈ ਨਾ, ਕਿਉਂਕਿ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਸੀਂ ਕੁਛ ਇੱਕ ਉਮਰ ਤੋਂ ਬਾਅਦ ਪੂਰੀਆਂ ਕਰਨੀਆਂ ਹੁੰਦੀਆਂ ਜਾਂ ਤੁਸੀਂ ਵਿਆਹ ਤੋਂ ਪਹਿਲਾਂ ਪੂਰੀਆਂ ਕਰਨੀਆਂ ਹੁੰਦੀਆਂ ਨੇ। ਬੈਸਟ ਆਫ ਲੱਕ। ਤੁਹਾਡਾ ਕੌਨਫੀਡੈਂਸ ਬਹੁਤ ਵਧੀਆ ਹੈ, ਬੋਲਣ ਦਾ ਸਟਾਈਲ, ਤੁਹਾਡੀ ਵਾਕ, ਸੋ ਗੁੱਡ। ਥੈਂਕ ਯੂ ਸਰ। ਪਹਿਲੀ ਗੱਲ ਤਾਂ ਮੈਨੂੰ ਥੋੜ੍ਹੀ ਸੀ ਬਹੁਤ ਓਨੈਸਟ ਲੱਗੇ ਤੁਹਾਡੇ ਆਂਸਰ, ਓਨੈਸਟ ਦਿੱਤੇ ਤੁਸੀਂ ਸਾਰੇ ਜਿਹਨੇ ਵੀ ਦਿੱਤੇ, ਪਰ ਮੈਨੂੰ ਉਹ ਥੋੜ੍ਹਾ ਲੱਗਿਆ, ਮਜ਼ਾਕ ਕਰਦਾ, ਹੈ ਨਾ, ਵੀ ਹਸਬੈਂਡ ਕੀ ਕਹਿੰਦੇ, ਹਸਬੈਂਡ ਕਹਿੰਦਾ ਜਾ, ਮਤਲਬ ਤੁਸੀਂ ਉਹ ਫੀਲ 'ਚ ਗਿਆ ਵੀ ਹਾਂ ਜਾ 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 ਭਾਜੀ ਨੂੰ ਪੁੱਛਿਆ ਕਹਿੰਦੇ ਜਾ, ਮੈਨੂੰ ਨਾ ਕਹਿ, ਤੂੰ ਕਰ ਜੋ ਕਰ ਸਕਦੀ ਆ, ਹਣਾ, ਪਿਆਰ ਨਾਲ ਹੀ ਗਿਆ ਉਹਨਾਂ ਨੇ, ਨਹੀਂ ਇਦਾਂ ਦੇ ਪਿਆਰ ਨਾਲ ਗਿਆ, ਬਹੁਤ ਸਪੋਰਟ ਕਰਦੇ ਨੇ, ਬਹੁਤ ਚੰਗੇ ਨੇ। ਹਾਂ, ਤੇ ਉਹ ਮਤਲਬ ਤੁਹਾਡੀ ਗੱਲ ਕਰਨ ਦੇ ਤਰੀਕੇ ਦੇ ਵਿੱਚ ਹੈ ਨਾ, ਜਿਵੇਂ ਭਾਜੀ ਨੇ ਕਿਹਾ ਇਨੋਸੈਂਟ, ਮਤਲਬ ਦੈਟ ਵਾਸ ਅੱਛਾ। ਜੇ ਆਪਾਂ ਕੁਐਸਚਨਸ ਤੇ ਗੱਲ ਕਰੀਏ, ਤੁਸੀਂ ਬਿਲੋਂਗ ਕਿੱਥੋਂ ਕਰਦੇ ਹੋ? ਮੈਂ ਜ਼ੀਰਕਪੁਰ ਤੋਂ ਹਾਂ। ਵੈਸੇ ਮੈਂ ਫਤਿਹਾਬਾਦ, ਮੇਰੇ ਪੇਕੇ ਨੇ ਹਰਿਆਣੇ। ਕਿਹੜੀ ਸਟੇਟ 'ਚ ਪੈਂਦਾ ਫਤਿਹਾਬਾਦ? ਫਤਿਹਾਬਾਦ, ਸਿਰਸਾ। ਸਿਰਸਾ, ਅੱਛਾ। ਸਿਰਸਾ ਦੇ ਜਦੋਂ ਤੁਸੀਂ ਚੰਡੀਗੜ੍ਹ ਸ਼ਿਫਟ ਹੋਏ, ਤੁਹਾਨੂੰ ਅਪਰੋਕਸੀਮੇਟਲੀ 6 to 7 years ਹੋ ਗਏ ਹੋਣਗੇ ਚੰਡੀਗੜ੍ਹ ਦੇ ਵਿੱਚ, ਹੈ ਨਾ? ਮੈਨੂੰ 6-7 months ਹੋਏ ਨੇ। ਅੱਛਾ, 6-7 months ਹੋਏ ਨੇ, ਚਲੋ ਫਿਰ ਜ਼ਿਆਦਾ ਵਧੀਆ। ਮੇਰਾ ਕੁਐਸਚਨ ਜਿਹੜਾ ਮੈਂ ਪੁੱਛਣਾ, 6-7 ਮਹੀਨਿਆਂ ਦੇ ਵਿੱਚ ਤੁਹਾਨੂੰ ਸਿਰਸਾ ਅਤੇ ਚੰਡੀਗੜ੍ਹ ਦੇ ਵਿੱਚ ਆ ਕੇ ਕੀ ਡਿਫਰੈਂਸ ਲੱਗਿਆ? ਡਿਫਰੈਂਸ ਲੋਕਾਂ ਦੀ ਮੈਂਟੈਲਿਟੀ ਦੇ ਵਿੱਚ ਕੀ ਡਿਫਰੈਂਸ ਲੱਗਿਆ, ਉੱਥੇ ਦੇ ਲੋਕ ਅਤੇ ਇੱਥੇ ਦੇ ਲੋਕਾਂ 'ਚ ਕੀ ਫਰਕ ਆ ਚੰਡੀਗੜ੍ਹ ਦੇ? ਉੱਥੇ ਥੋੜ੍ਹੇ ਮਤਲਬ ਕਹਿ ਲਓ ਵੀ ਪੇਂਡੂ ਟਾਈਪ ਲੋਕ ਨੇ, ਹੈ ਨਾ, ਚੰਗੇ ਉਹ ਵੀ ਬਹੁਤ ਦਿਲ ਦੇ ਨੇ। ਇੱਥੇ ਮੈਂ ਸੁਸਾਇਟੀ 'ਚ ਰਹਿ ਰਹੀ ਹਾਂ, ਜੀਰਕਪੁਰ, ਬਹੁਤ ਵਧੀਆ ਸੁਸਾਇਟੀ ਆ, ਬਹੁਤ ਜ਼ਿਆਦਾ ਹੈਲਪਫੁੱਲ ਲੋਕ ਨੇ, ਬਹੁਤ ਉੱਥੇ ਕੇਅਰ ਕਰਦੇ ਨੇ, ਮਤਲਬ ਬਹੁਤ ਵਧੀਆ ਲੱਗ ਰਿਹਾ ਵਾ ਇੱਥੇ। ਅੱਛਾ, ਇੱਕ ਮੈਸੇਜ ਕੀ ਦੇਣਾ ਚਾਹੋਗੇ ਉਹ ਸਾਰੇ ਲੋਕਾਂ ਨੂੰ ਜਿਹੜੇ ਅੱਜ ਦੀ ਡੇਟ 'ਚ ਵੀ ਟਿਪੀਕਲ ਅਤੇ ਥੋੜ੍ਹੀ ਔਰਥੋਡੋਕਸ ਸੋਚ ਰੱਖਦੇ? ਨੋ ਡਾਊਟ ਕਈ ਵਾਰ ਕਿਸ ਪੁਆਇੰਟ 'ਤੇ ਸਿਚੁਏਸ਼ਨ ਰੱਖਣੀ ਵੀ ਪੈਂਦੀ ਆ, ਹੈ ਨਾ, ਆਪਾਂ ਜਿਵੇਂ ਆਪਾਂ ਕਹਿੰਦੇ ਆਪਣੇ ਰੂਟਸ ਨਹੀਂ ਭੁੱਲਣਾ ਚਾਹੀਦੇ, ਆਪਾਂ ਕਲਚਰ ਨਹੀਂ ਭੁੱਲਣਾ ਚਾਹੀਦਾ, ਬਟ ਜਿਵੇਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੀ ਅੱਜ ਕੱਲ੍ਹ ਕਹਿੰਦੇ ਨਹੀਂ ਜੀ, ਕੁੜੀਆਂ ਨੂੰ ਅਸੀਂ ਬਾਹਰ ਨਹੀਂ ਭੇਜਣਾ ਜਿਹੜੇ ਘਰ ਬੈਠੇ ਰਹਿਣ, ਬਸ ਇਹਨਾਂ ਦਾ ਕੰਮ ਸਿਰਫ ਵਿਆਹ ਕਰਤਾ, ਉਸ ਤੋਂ ਬਾਅਦ ਯੂ ਜਸਟ ਹੈਵ ਟੂ ਬੀ ਅ ਚਾਈਲਡ, ਉਸ ਤੋਂ ਬਾਅਦ ਤੁਸੀਂ ਆਪਣਾ ਘਰ ਰਹਿ ਕੇ ਰੋਟੀ ਪਾਣੀ ਕਰਨਾ, ਉਸ ਤੋਂ ਇਲਾਵਾ ਯੂ ਡੋਂਟ ਹੈਵ ਟੂ ਡੂ ਐਨੀਥਿੰਗ ਐਲਸ। ਉਹਨਾਂ ਲਈ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ, ਸ਼ੋਰਟ ਐਂਡ ਬਰੀਫ? ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਕੁੜੀਆਂ ਬਹੁਤ ਕੁਛ ਕਰ ਸਕਦੀਆਂ ਨੇ, ਤੁਸੀਂ ਉਹਨਾਂ ਨੂੰ ਬਾਹਰ ਭੇਜੋ, ਇੱਕ ਵਾਰੀ ਉਹਨਾਂ ਨੂੰ ਮੌਕਾ ਦੇ ਕੇ ਤਾਂ ਦੇਖੋ, ਦੇਖਿਓ ਤੁਹਾਡਾ ਕਿੱਦਾਂ ਨਾਮ ਰੋਸ਼ਨ ਕਰਦੀਆਂ। ਬਿਲਕੁਲ ਸਹੀ ਗੱਲ ਜੀ। ਸੋ ਜਿੰਨੀਆਂ ਵੀ ਇੱਥੇ ਬੈਠੀਆਂ ਇਹ ਸਾਰੀਆਂ, ਤੁਸੀਂ ਜਿੰਨਾ ਹਾਰਨਾ ਚੱਲਦਾ ਰਹਿੰਦਾ ਹਮੇਸ਼ਾ ਲਾਈਫ ਦੇ ਵਿੱਚ, ਜਿੰਨੇ ਵੀ ਤੁਸੀਂ ਇੱਥੇ ਹੋ, ਐਟਲੀਸਟ ਸਟੇਜ 'ਤੇ ਆਏ ਹੋ, ਇੱਕ ਵਧੀਆ ਪਲੇਟਫਾਰਮ 'ਤੇ ਆਏ ਹੋ, ਬਿਕੋਜ਼ ਬਹੁਤ ਸਾਰੇ ਸ਼ੋਜ਼ ਹੁੰਦੇ ਨੇ ਬਟ ਵਧੀਆ ਪਲੇਟਫਾਰਮਸ ਬਹੁਤ ਘੱਟ ਹੁੰਦੇ ਨੇ, ਸੋ ਉਹਨਾਂ ਵਿੱਚੋਂ ਇੱਕ ਹੈ ਜਿਹੜਾ ਕਿ ਵਧੀਆ ਪਲੇਟਫਾਰਮ ਮਿਸਿਸ ਪੰਜਾਬ 2019 9 to 9 ਐਂਟਰਟੇਨਮੈਂਟ ਦਾ, ਅਤੇ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ। ਬਾਕੀ ਮੈਂ ਪੁੱਛਣਗੇ ਤੁਹਾਨੂੰ ਕੁਝ, ਤੁਸੀਂ ਹਲੇ ਕਿਹਾ ਹੈ ਨਾ ਸਿਰਸਾ, ਅਤੇ ਸਿਰਸਾ ਔਰ ਚੰਡੀਗੜ੍ਹ 'ਚ ਤੁਹਾਨੂੰ ਕੀ ਡਿਫਰੈਂਸ ਲੱਗਿਆ, ਮਤਲਬ ਕਿ ਤੁਸੀਂ ਉੱਥੇ ਰਹਿ ਲੈਂਦੇ, ਤੁਸੀਂ ਉੱਥੇ ਐਡਜਸਟ ਕਰ ਲੈਂਦੇ, ਮਤਲਬ ਕਿ? ਮੈਮ, ਮੈਂ ਇੱਥੇ ਆਪਣੇ ਹਸਬੈਂਡ ਕਰਕੇ ਆਈ ਹਾਂ, ਹੈ ਨਾ, ਅਤੇ 1.5 ਸਾਲ ਮੈਂ ਉੱਥੇ ਹੀ ਰਹਿ ਰਹੀ ਸੀ, ਹਸਬੈਂਡ ਮੇਰੇ ਇੱਥੇ ਰਹਿ ਰਹੇ ਸੀਗੇ, ਐਡਜਸਟ ਕਰਨ ਨੂੰ ਮੈਂ ਕਰ ਸਕਦੀ ਸੀਗੀ,
ਮੇਰੇ ਸੱਸ ਸਹੁਰਾ ਬਹੁਤ ਚੰਗੇ ਨੇ, ਉਹਨਾਂ ਨੇ ਮਤਲਬ ਮੇਰਾ ਬਹੁਤ ਕੀਤਾ ਜੀ, ਮੇਰੇ ਹਸਬੈਂਡ ਉੱਥੇ ਸੀਗੇ ਅਤੇ ਹੁਣ ਐਟਲੀਸਟ ਮੈਨੂੰ ਉਹਨਾਂ ਕੋਲ ਆਉਣਾ ਤਾਂ ਪੈਣਾ ਹੀ ਸੀਗਾ ਨਾ, ਇਸੇ ਲਈ ਫਿਰ ਮੈਨੂੰ ਉਹਨਾਂ ਦੇ ਕੋਲ ਇੱਥੇ ਆਉਣਾ ਪਿਆ। ਠੀਕ ਹੈ, ਅਤੇ ਵੈਸੇ ਤੁਹਾਨੂੰ ਕੀ ਲੱਗਦਾ ਕਿ ਇੱਕ ਕੁੜੀ ਜਿੱਦਾਂ ਚੰਡੀਗੜ੍ਹ ਦੀ ਕੁੜੀ, ਹਾਂਜੀ, ਉੱਥੇ ਜਾ ਕੇ ਐਡਜਸਟ ਕਰ ਸਕਦੀ ਹੈ? ਇਹ ਤਾਂ ਮੈਮ ਕੁੜੀ 'ਤੇ ਡਿਪੈਂਡ ਹੁੰਦਾ ਵਾ, ਹੈ ਨਾ, ਮੈਂ ਨਹੀਂ, ਕੁੜੀਆਂ ਨੂੰ ਇੱਦਾਂ ਹੋਣਾ ਚਾਹੀਦਾ ਕਿ ਹਰ ਪਾਸੇ ਐਡਜਸਟ ਕਰ ਸਕਣ। ਠੀਕ ਹੈ, ਤੁਹਾਡੀ ਪਰਸਨਲ ਚੋਇਸ ਕੀ ਆ, ਕਿੱਥੇ ਰਹਿਣਾ ਪਸੰਦ ਕਰਦੇ ਹੋ ਤੁਸੀਂ? ਮੈਂ ਤਾਂ ਆਪਣੇ ਸਰਦਾਰ ਜੀ ਨਾਲ ਹੀ ਰਹਿਣਾ ਪਸੰਦ ਕਰਦੀ ਹਾਂ, ਮਤਲਬ ਜਿੱਥੇ ਪਿੰਡ ਰਹਿਣ, ਹਾਂ, ਨੋ ਪ੍ਰੋਬਲਮ, ਪਿੰਡ ਰਹਿਣ ਮੈਂ ਪਿੰਡ ਰਹਿਣਾ ਪਸੰਦ ਕਰਦੀ, ਉਹ ਇੱਥੇ ਰਹਿਣ ਮੈਂ ਇੱਥੇ ਰਹਿਣਾ ਪਸੰਦ, ਉਹਨਾਂ ਨਾਲ ਪਸੰਦ ਰਹਿਣਾ। ਠੀਕ ਹੈ ਜੀ, ਥੈਂਕ ਯੂ। ਮੈਂ ਆਪਣੀ ਮਦਰ ਇਨ ਲੋ ਦਾ ਵੀ ਥੈਂਕ ਯੂ ਕਰਨਾ ਚਾਹੁੰਦੀ ਹਾਂ, ਹੈ ਨਾ, ਉਹ ਅੱਜ ਇੱਥੇ ਆਏ ਨੇ, ਮੇਰੀ ਬੇਟੀ ਸਾਂਭ ਰਹੇ ਨੇ, ਤਾਂ ਹੀ ਮੈਂ ਇੱਥੇ ਆਈ ਹਾਂ। ਬੁਲਾਉਣਾ ਚਾਹਾਂਗੀ ਅਗਲੀ ਕੰਟੈਸਟੈਂਟ ਪਾਇਲ, ਟੈਗ ਨੰਬਰ 803। ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿਚਕਾਰ ਪਾਇਲ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪਾਇਲ ਹੈ, ਮੈਂ ਜ਼ੀਰਕਪੁਰ ਮੈਰਿਡ ਹਾਂ। ਵੈਸੇ ਮੈਂ ਇੱਕ ਛੋਟੇ ਜਿਹੇ ਪਿੰਡ ਤੋਂ ਬਿਲੋਂਗ ਕਰਦੀ ਹਾਂ, ਉਹਦਾ ਨਾਮ ਨੂਰ ਮਹਿਲ ਹੈ, ਸ਼ਾਇਦ ਹਾਰਡਲੀ ਕਿਸੇ ਨੇ ਸੁਣਿਆ ਹੋਏਗਾ, ਨੂਰ ਜਹਾਂ ਦਾ ਸ਼ਹਿਰ ਹੈ ਵੈਸੇ ਉਹ, ਮੈਂ ਉੱਥੇ ਬਿਲੋਂਗ ਕਰਦੀ ਹਾਂ। ਮੈਂ ਆਪਣੀ ਸਟੱਡੀ ਗ੍ਰੈਜੂਏਸ਼ਨ ਨਕੋਦਰ DAV ਕਾਲਜ ਤੋਂ ਕੰਪਲੀਟ ਕੀਤੀ ਹੈ, ਔਰ ਮੇਰੀ ਸ਼ਾਦੀ ਨੂੰ ਅਬਾਊਟ 11.5 ਸਾਲ ਹੋ ਗਏ, ਔਰ ਮੇਰੀ ਏਜ 32 ਹੈ। ਵੈਸੇ ਮੈਂ ਭੰਗੜੇ ਦਾ ਬਹੁਤ ਸ਼ੌਂਕ ਰੱਖਦੀ ਹਾਂ, ਮਤਲਬ ਮੇਰਾ ਗਰਲਸ ਕਾਲਜ ਹੁੰਦਾ ਸੀ ਅਤੇ ਮੈਨੂੰ ਸਾਰੇ ਸਰਦਾਰ ਜੀ ਦੇ ਨਾਮ ਨਾਲ ਜਾਂਦੇ ਸੀ, ਕਿਉਂਕਿ ਜਿਨ੍ਹਾਂ ਨੂੰ ਚਾਹੀਦਾ ਹੁੰਦਾ ਸੀ ਜਿੱਦਾਂ ਕਪਲ ਡਾਂਸ ਲਈ, ਅਤੇ ਸਰਦਾਰ ਜੀ ਮੈਨੂੰ ਹੀ ਬਣਾਉਂਦੇ ਸੀਗੇ, ਅਤੇ ਮੈਂ ਸਰਦਾਰ ਜੀ ਦੇ ਨਾਮ ਨਾਲ ਆਪਣੇ ਫੇਮਸ ਸੀ, ਉਹਦੇ ਤੋਂ ਭੰਗੜਾ ਮੇਰਾ ਬਹੁਤ ਪੈਸ਼ਨ ਬਣ ਗਿਆ। ਅਤੇ ਬਾਕੀ ਮਾਡਲਿੰਗ, ਬਾਕੀ ਮੈਂ ਇੱਕ ਛੋਟੀ ਜਿਹੀ ਹੋਰ ਰੱਖਦੀ ਹੈਗੀਆਂ, ਮੈਨੂੰ ਆਪਣੇ ਬੇਟੇ ਨੂੰ ਬਹੁਤ ਸਾਰੀਆਂ ਸਟੋਰੀਜ਼ ਜਿਹੜੀਆਂ ਕਿ ਮੋਟੀਵੇਸ਼ਨਲ ਸਟੋਰੀਜ਼ ਹੁੰਦੀਆਂ ਹੈਗੀਆਂ, ਆਪਣੇ ਕੋਲੋਂ ਬਣਾ ਕੇ ਵੀ ਉਹਨੂੰ ਦੱਸਣ ਦਾ, ਅੱਗੇ ਗਾਈਡ ਕਰਨ ਦਾ ਮੈਂ ਇੱਕ ਹੋਬੀ ਰੱਖਦੀ। ਕੋਈ ਵੀ ਬੱਚਾ ਆਉਂਦਾ ਤਾਂ ਉਹਨੂੰ ਬਿਠਾ ਕੇ ਮੈਂ ਜ਼ਰੂਰ ਸੁਣਾਉਂਦੀ ਹਾਂ, ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਚੀਜ਼ਾਂ ਖੋਂਦੀਆਂ ਜਾਂਦੀਆਂ ਸੀ ਆਪਣੀ, ਮੇਰੇ ਖੈਰ ਪੜਦਾਦਾ ਜੀ ਵੀ ਸੀਗੇ ਜਦੋਂ ਮੈਂ ਦੇਖੇ, ਅਤੇ ਬਚਪਨ ਤੋਂ ਇਹਨੂੰ ਕਾਫੀ ਸਟੋਰੀ ਸੁਣਾਉਂਦੇ ਸੀ ਵੀ ਮੈਂ ਆਪਣੇ ਦਾਦੀ ਦੇ ਨਾਲ ਬਹੁਤ, ਆਪਣੀ ਨਾਨੀ ਨਾਲ ਬਹੁਤ ਅਟੈਚ ਸੀ। ਮੈਂ ਚਾਹੁੰਦੀ ਜਿਹੜੀ ਚੀਜ਼ ਖੋਂਦੀ ਜਾ ਰਹੀ ਹੈ ਉਹ ਖੋਵੇ ਨਾ, ਕਮ ਸੇ ਕਮ ਅਸੀਂ ਅੱਗੇ ਵਧੀਏ, ਸਾਡੇ ਨਾਲ ਹੀ ਸਾਰੇ ਵਧਣਗੇ ਅੱਗੇ। ਅਤੇ ਮੈਂ ਸਾਰਿਆਂ ਨੂੰ ਕਹਿੰਦੀ ਹਾਂ ਕਿ ਆਪਣੇ ਬੱਚਿਆਂ ਨੂੰ ਬਿਠਾਓ, ਟਾਈਮ ਦਿਓ, ਉਹਨਾਂ ਨੂੰ ਸਟੋਰੀ ਸੁਣਾਓ, ਉਹਨਾਂ ਨਾਲ ਤੁਹਾਡੀ ਅਟੈਚਮੈਂਟ ਬਣੇਗੀ, ਕਿਉਂਕਿ ਪੇਰੈਂਟਸ ਅੱਜ ਕੱਲ੍ਹ ਫੋਨ 'ਤੇ ਜ਼ਿਆਦਾ ਲੱਗੇ ਰਹਿੰਦੇ ਬਿਸਾਈਡ ਕਿ ਉਹ ਬੱਚਿਆਂ ਨੂੰ ਟਾਈਮ ਦੇ। ਬਸ ਥੈਂਕ ਯੂ ਜੀ। ਪਾਇਲ ਜੀ, ਹੁਣ ਤੁਸੀਂ ਚੰਡੀਗੜ੍ਹ 'ਚ ਰਹਿ ਰਹੇ ਹੋ? ਅਸੀਂ ਬੇਸਿਕਲੀ ਹੁਣ ਮੈਂ ਜ਼ੀਰਕਪੁਰ ਪੀਰ ਮਸ਼ੱਲਾ, ਵੈਸੇ ਮੇਰੀ ਮੈਰਿਜ ਮਨੀ ਮਾਜਰਾ ਹੋਈ ਸੀ ਚੰਡੀਗੜ੍ਹ। ਅੱਛਾ ਜੀ, ਹਾਂਜੀ, ਠੀਕ ਹੈ। ਮੈਂ ਤਾਂ, ਮੇਰਾ ਸਵਾਲ ਇਹੀ ਹੈ ਕਿ ਤੁਸੀਂ ਪਿੰਡਾਂ ਦੇ ਲੋਕਾਂ ਨੂੰ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਡਿਫਾਈਨ ਕਰਨਾ? ਨਹੀਂ ਜੀ, ਦਿਲ ਤਾਂ ਪੰਜਾਬੀਆਂ ਦਾ ਸਾਰਿਆਂ ਦਾ ਇੱਕ ਸਾਲ ਦਾ ਹੁੰਦਾ ਹੈਗਾ, ਅਤੇ ਵੈਸੇ ਮੇਰੀ ਰੀਟ ਸੀਗੀ ਉੱਥੇ, ਕੀ ਕਹਿੰਦੇ, NRI ਬੈਲਟ ਜ਼ਿਆਦਾ, ਅਤੇ ਮੈਂ ਆਪਣੇ ਪਾਪਾ ਨੂੰ ਕਿਹਾ ਸੀ ਪਾਪਾ ਮੈਂ ਪੰਜਾਬ ਛੱਡ ਕੇ ਨਹੀਂ ਜਾਣਾ ਹੈਗਾ, ਅਤੇ ਚਲੋ ਇਹ ਤਾਂ ਸੰਜੋਗਾਂ ਦੀ ਗੱਲ ਹੁੰਦੀ ਹੈਗੀ ਆ, ਪਰ ਪੰਜਾਬੀ ਲੋਕ ਥੋੜ੍ਹੇ ਜ਼ਿਆਦਾ ਦਿਲ ਦੇ ਖੁੱਲ੍ਹੇ ਹੁੰਦੇ ਹੈਗੇ। ਤੁਸੀਂ ਮੈਨੂੰ ਪਿੰਡਾਂ ਦੇ ਲੋਕ ਅਤੇ ਸ਼ਹਿਰਾਂ ਦੇ ਲੋਕ ਵਿੱਚ ਲੋਕਾਂ ਬਾਰੇ? ਨਹੀਂ, ਪਿੰਡਾਂ ਦੇ ਲੋਕ ਕਿੱਦਾਂ ਦੇ ਹੁੰਦੇ ਤੁਹਾਡੇ ਅਕੋਰਡਿੰਗ? ਮਤਲਬ ਤੁਸੀਂ ਪਿੰਡ 'ਚ ਵੀ ਰਹੇ ਹੋ ਅਤੇ ਹੁਣ ਤੁਸੀਂ ਸ਼ਹਿਰ 'ਚ ਵੀ ਰਹਿ ਰਹੇ ਹੋ, ਹੈ ਨਾ, ਅਤੇ ਤੁਸੀਂ ਡਿਫਰੈਂਸ ਮੈਨੂੰ ਥੋੜ੍ਹਾ ਜਿਹਾ ਦੱਸੋ ਕਿ ਪਿੰਡਾਂ ਦੇ ਲੋਕ ਕਿੱਦਾਂ ਦੇ ਹੁੰਦੇ ਔਰ ਸ਼ਹਿਰ ਦੇ? ਪਿੰਡਾਂ ਦੇ ਲੋਕ ਜ਼ਿਆਦਾ ਖੁੱਲ੍ਹੇ ਦਿਲ ਦੇ ਹੁੰਦੇ, ਮੈਂ ਕਹਿੰਦੀ ਹਾਂ, ਜਦੋਂ ਅਸੀਂ ਪਿੰਡ ਜਾਂਦੇ ਹੁੰਦੇ ਸੀ, ਦੁੱਧ ਲੈਣ ਜਾਂਦੇ ਹੁੰਦੇ ਸੀ ਅਸੀਂ ਪਿੰਡ, ਅਤੇ ਉਹ ਕੀ ਕਰਦੇ ਹੁੰਦੇ ਸੀ, ਪੁੱਤ ਲੱਸੀ ਪਈ ਹੈ ਅਤੇ ਪੀ ਲੈ, ਇੱਥੇ ਕਿਸੇ ਨੇ ਚਾਹ ਵੀ ਪੁੱਛਣੀ ਹੁੰਦੀ ਹੈ ਅਤੇ ਥੋੜ੍ਹਾ ਜਿਹਾ ਤੁਸੀਂ ਚਾਹ ਪੀਣੀ ਹੈ ਜਾਣ ਲੱਗੇ ਜਿੱਦਾਂ ਪੁੱਛਦੇ ਹੈਗੇ ਆ। ਪਹਿਲਾ ਡਿਫਰੈਂਸ, ਦੂਸਰਾ? ਡਿਫਰੈਂਸ ਹੈਗਾ ਹੈ ਅਟੈਚਮੈਂਟ ਦੀ ਗੱਲ ਹੋ ਜਾਂਦੀ ਹੈ, ਪਿੰਡਾਂ 'ਚ ਜਦੋਂ ਅਸੀਂ ਨਾਲ ਨਾਲ ਇਕੱਠੇ ਰਹਿੰਦੇ ਗੱਲਬਾਤ ਕਰਦੇ ਹੈਗੇ, ਸਾਡੀ ਅਟੈਚਮੈਂਟ ਆਪਣੇ ਪੇਰੈਂਟਸ ਨਾਲ ਬਹੁਤ ਹੁੰਦੀ। ਅੱਜ ਵੀ ਮੈਨੂੰ ਆਪਣੇ ਪਾਪਾ ਤੋਂ ਜਦੋਂ ਮੈਂ ਪੇਕਿਆਂ ਤੋਂ ਆਉਂਦੀ ਹਾਂ ਤਾਂ ਦਿਲ 'ਚ ਕੁਛ ਹੁੰਦਾ, ਜਦਕਿ ਸ਼ਹਿਰਾਂ ਦੀਆਂ ਕੁੜੀਆਂ 'ਚ, ਜਾਂ ਕੁੜੀਆਂ ਮੈਂ ਨਹੀਂ ਕਹਿਣਾ ਚਾਹੁੰਦੀ, ਸ਼ਹਿਰਾਂ ਦੇ ਲੋਕਾਂ 'ਚ ਥੋੜ੍ਹੀ ਅਟੈਚਮੈਂਟ ਘੱਟ ਹੁੰਦੀ ਹੈਗੀ ਆ ਸ਼ਾਇਦ,
ਮੈਨੂੰ ਲੱਗਦਾ ਕੀ ਕਹਿਣਾ ਚਾਹੁੰਦੇ ਮਤਲਬ ਸ਼ਹਿਰਾਂ ਦੇ ਲੋਕ ਪ੍ਰੈਕਟੀਕਲ ਜ਼ਿਆਦਾ ਹੁੰਦੇ ਨੇ ਮਤਲਬ ਇਹ ਚੀਜ਼ ਕਹਿਣਾ ਚਾਹੁੰਦੇ ਹਾਂਜੀ ਉਹਨਾਂ ਦੇ ਪ੍ਰੈਕਟੀਕਲ ਜ਼ਿਆਦਾ ਹੁੰਦੇ ਹੈਗੇ ਪਿੰਡਾਂ 'ਚ ਖੁੱਲ੍ਹਾ ਟਾਈਮ ਜ਼ਿਆਦਾ ਹੁੰਦਾ ਮੈਨੂੰ ਲੱਗਦਾ ਅਤੇ ਓਕੇ ਇਸ ਤੋਂ ਇਲਾਵਾ ਕੁਛ ਹੋਰ ਬਸ ਪਹਿਲੀ ਚੀਜ਼ ਤਾਂ ਤੁਸੀਂ ਜਦੋਂ ਆਪਣੇ ਪਿੰਡ ਆਪਣੇ ਇੰਟਰੋ ਦਿੱਤਾ ਸੀ ਹੈ ਨਾ ਤੁਸੀਂ ਕਿਹਾ ਸੀਗਾ ਕਿ ਮੈਂ ਇੱਕ ਬਹੁਤ ਛੋਟੇ ਜਿਹੇ ਪਿੰਡ ਤੋਂ ਹੈ ਨਾ ਮੈਂ ਵੀ ਪਿੰਡ ਤੋਂ ਹਾਂ ਪਰ ਹਮੇਸ਼ਾ ਆਪਣੇ ਪਿੰਡ ਦਾ ਨਾਮ ਫਕਰ ਨਾਲ ਲਵੋ ਕਦੀ ਵੀ ਛੋਟਾ ਵੱਡਾ ਨਹੀਂ ਕਹਿਣਾ ਮੈਂ ਥੋੜ੍ਹੀ ਜਿਹੀ ਮੈਂ ਤਾਂ ਹੀ ਲੈਣਾ ਚਾਹੁੰਦੀ ਸੀ ਮੈਨੂੰ ਲੱਗਾ ਕਿ ਸ਼ਾਇਦ ਕਿਸੇ ਨੇ ਨਹੀਂ ਸੁਣਾ ਮੈਂ ਬੜੇ ਪ੍ਰਾਊਡ ਨਾਲ ਲੈਣਾ ਚਾਹੁੰਦੀ ਸੀ ਕਿ ਜਿਹਨੂੰ ਨਹੀਂ ਵੀ ਪਤਾ ਲੋਕੇਸ਼ਨਸ ਅੱਛੀਆਂ ਬਹੁਤ ਸਾਰੇ ਸ਼ੂਟ ਹਾਂਜੀ ਹਾਂਜੀ ਨੂਰ ਮਹਿਲ ਦੇ ਗਾਣੇ ਵੀ ਬਣੇ ਹੈਗੇ ਸੋ ਵੈਸੇ ਤਾਂ ਪਿੰਡਾਂ ਸ਼ਹਿਰਾਂ ਵਾਲੇ ਲੋਕ ਤਾਂ ਸਾਰੇ ਹੀ ਪੰਜਾਬੀ ਜਿਹੜਾ ਆ ਗਿਆ ਉਹ ਵਧੀਆ ਹੀ ਹੁੰਦੇ ਨੇ ਮੈਂ ਤਾਂ ਵੈਸੇ ਹੀ ਤੁਹਾਡੀ ਗੱਲ ਨੂੰ ਲੈ ਕੇ ਕੀ ਪੁੱਛਿਆ ਕਿ ਤੁਸੀਂ ਇੱਦਾਂ ਕਹਿ ਰਹੇ ਸੀ ਛੋਟੇ ਪਿੰਡ ਤੋਂ ਆ ਕਦੀ ਵੀ ਨਹੀਂ ਇੱਦਾਂ ਮਤਲਬ ਫੀਲ ਕਰਨਾ ਪਿੰਡਾਂ ਵਾਲੇ ਚਾਹੇ ਤੁਸੀਂ ਜਿੱਥੋਂ ਮਰਜ਼ੀ ਹੋ ਕੋਈ ਫਰਕ ਨਹੀਂ ਪੈਂਦਾ ਜਿਸ ਜਗ੍ਹਾ 'ਤੇ ਤੁਸੀਂ ਰਹੇ ਹੋ ਤੁਹਾਡੇ ਲਈ ਸਭ ਤੋਂ ਬੈਸਟ ਤੁਹਾਡਾ ਬਚਪਨ ਨਿਕਲਿਆ ਤੁਸੀਂ ਆਪਣੀ ਜ਼ਿੰਦਗੀ ਦੀ ਬਹੁਤ ਸਾਰੀ ਅਹਿਮ ਚੀਜ਼ਾਂ ਉੱਥੇ ਸਿੱਖੀਆਂ ਨੇ ਮੈਂ ਤਾਂ ਜਿਹਨੂੰ ਵੀ ਮਿਲਦੀ ਹਾਂ ਮੈਂ ਜ਼ਰੂਰ ਦੱਸਦੀ ਹੈਗੀ ਹਾਂ ਕਿ ਜਿਹਨੂੰ ਨਹੀਂ ਵੀ ਪਤਾ ਮੈਨੂੰ ਆਪਣੇ ਪਿੰਡ 'ਤੇ ਆਪਣੇ ਕਸਬੇ 'ਤੇ ਇੰਨਾ ਮਾਣ ਹੈਗਾ ਬਹੁਤ ਪੁਰਾਣਾ ਸ਼ਹਿਰ ਹੈਗਾ ਅਤੇ ਮੈਂ ਜ਼ਰੂਰ ਦੱਸਦੀ ਹੈਗੀ ਕਿ ਮੈਂ ਨੂਰ ਮਹਿਲ ਤੋਂ ਤੁਹਾਨੂੰ ਪਿੰਡ 'ਤੇ ਕੋਈ ਗਾਣਾ ਜਾਂ ਬੋਲੀ ਆਉਂਦੀ ਹੈ ਮੈਂ ਤੁਸੀਂ ਇਜਾਜ਼ਤ ਦਿਓ ਤਾਂ ਨੂਰ ਮਹਿਲ 'ਤੇ ਹੀ ਸੁਣਾ ਦਿੰਦੀ ਕਾਫੀ ਪੁਰਾਣਾ ਕਾਫੀ ਸਿੰਗਰਸ ਨੇ ਗਾਇਆ ਸੁਣਾਓ ਇੱਕ ਤਾਰਾ ਵੱਜਦਾ ਓਏ ਰਾਂਝਣਾ ਨੂਰ ਮਹਿਲ ਦੀ ਮੋਰੀ ਇੱਕ ਤਾਰਾ ਵੱਜਦਾ ਓਏ ਰਾਂਝਣਾ ਨੂਰ ਮਹਿਲ ਦੀ ਮੋਰੀ ਆ ਵਿਆਹ ਕਰਵਾਈਏ ਵੇ ਰਾਂਝਣਾ ਤੂੰ ਕਾਲਾ ਮੈਂ ਗੋਰੀ ਹਾਏ ਜੀ ਇੱਕ ਤਾਰਾ ਵੱਜਦਾ ਓਏ ਥੈਂਕ ਯੂ ਤੁਸੀਂ ਨੂਰ ਮਹਿਲ ਤੋਂ ਅਸੀਂ ਵੈਸੇ ਸਾਰੇ ਪਿੰਡਾਂ ਵਾਲੇ ਹਾਂ ਨੂਰ ਮਹਿਲ ਨੂੰ ਸਾਰੇ ਜਾਣਦੇ ਆ ਸੋ ਜਿਵੇਂ ਇਹਨਾਂ ਨੇ ਕਿਹਾ ਕਿ ਬਿਲਕੁਲ ਆਪਣੀ ਜਿੱਥੇ ਆਪਾਂ ਜਨਮ ਲਿਆ ਜਾਂ ਆਪਾਂ ਰਹੇ ਹਾਂ ਤਾਂ ਉਸ ਜਗ੍ਹਾ ਦਾ ਨਾਂ ਆਪਾਂ ਬੜੇ ਫਖਰ ਨਾਲ ਲਈਏ ਦੂਜਾ ਕਿ ਪੰਜਾਬ ਵਿੱਚ 95% ਲੋਕ ਤਾਂ ਇਹੀ ਚਾਹੁੰਦੇ ਆ ਕਿ ਮੈਂ ਬਾਹਰ ਜਾਣਾ ਚਾਹੁੰਦਾ ਹਰ ਕੋਈ ਚਾਹੁੰਦਾ ਮੈਂ ਬਾਹਰ ਜਾਣਾ ਚਾਹੁੰਦਾ ਇੱਕ ਮਿੰਟ ਅਤੇ ਬਟ ਤੁਸੀਂ ਕਿਹਾ ਵੀ ਮੈਂ ਪੰਜਾਬ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ ਹੈ ਨਾ ਇਹਦੇ ਪਿੱਛੇ ਕੋਈ ਰੀਜ਼ਨ ਹਾਂਜੀ ਇੱਕ ਬਹੁਤ ਤਗੜਾ ਰੀਜ਼ਨ ਸੀ ਮੇਰੀ ਜਿੱਦਾਂ ਨਾਲ 90 ਕੁੜੀਆਂ ਪੜ੍ਹਦੀਆਂ ਹੋਣਗੀਆਂ ਤਾਂ 85 ਸ਼ਾਇਦ ਬਾਹਰ ਹੀ ਹੈਗੀਆਂ ਅਤੇ ਮੈਂ ਸੁਣਿਆ ਸੀ ਉਹ ਦੂਰ ਚਲੇ ਜਾਂਦੇ ਪੇਰੈਂਟਸ ਨਹੀਂ ਮਿਲ ਪਾਉਂਦੇ ਹੈਗੇ ਅਤੇ ਜੋ ਵੀ ਰਹਿੰਦਾ ਮੈਨੂੰ ਲੱਗਾ ਸੀ ਕਮ ਸੇ ਕਮ ਪੰਜਾਬ 'ਚ ਰਹਾਂਗੇ 6 ਮਹੀਨੇ ਬਾਅਦ ਸਹੀ ਮੈਂ ਨੇੜੇ ਤਾਂ ਰਹਾਂਗੀ ਆਪਣੇ ਪੇਰੈਂਟਸ ਦੇ ਅਤੇ ਤਾਂ ਮੈਂ ਪੰਜਾਬ 'ਚ ਰਹਿਣਾ ਚਾਹੁੰਦੀ ਸੀ ਬਾਕੀ ਮੈਨੂੰ ਪੰਜਾਬ ਦੇ ਮੈਂ ਇੱਕ ਮੈਨੂੰ ਦੁੱਧ ਬਹੁਤ ਪਸੰਦ ਹੈਗਾ ਅਤੇ ਮੈਂ ਕਿਹਾ ਪਾਪਾ ਮੈਨੂੰ ਕਿਤੇ ਜਾ ਕੇ ਦੁੱਧ ਨਹੀਂ ਪਸੰਦ ਆਉਂਦਾ ਮੈਂ ਪੰਜਾਬ 'ਚ ਵਿਆਹ ਕਰਨਾ ਗੁੱਡ ਅੱਛਾ ਥੋਟ ਆ ਕਿਉਂਕਿ ਪੰਜਾਬ ਖਾਲੀ ਹੋਈ ਜਾਂਦਾ ਹੈ ਨਾ ਆਪਣਾ ਸੋਚ ਇਹ ਹੋਣੀ ਚਾਹੀਦੀ ਹੈ ਕਿ ਆਪਾਂ ਆਪਣੇ ਦੇਸ਼ 'ਚ ਹੀ ਰਹੀਏ ਪੰਜਾਬ 'ਚ ਰਹੀਏ ਇਸ ਤੋਂ ਵਧੀਆ ਤਾਂ ਹੋਰ ਹੈ ਨਹੀਂ ਕਿਤੇ ਘੁੰਮਣ ਫਿਰਨ ਜਿੱਥੇ ਮਰਜ਼ੀ ਅੱਛਾ ਮੇਰਾ ਕੁਐਸਚਨ ਇਹ ਤੁਹਾਨੂੰ ਰੀਜ਼ਨ ਕੀ ਆ ਕਿ ਲੋਕ ਪੰਜਾਬ ਤੋਂ ਬਾਹਰ ਜਾ ਰਹੇ ਨੇ ਕੈਨੇਡਾ ਜਾ ਰਹੇ ਨੇ ਹੁਣ ਤਾਂ ਵੈਸੇ ਕੈਨੇਡਾ ਨੇ ਵੀ ਆਉਣੇ ਲੈਣੇ ਬੰਦ ਕਰਤੇ ਇੱਧਰੋਂ ਪੰਜਾਬ ਹੁਣ ਮਤਲਬ 2021 ਦੇ ਵਿੱਚ ਜਿਹਦੇ ਪਾਸਪੋਰਟ 'ਤੇ ਪੰਜਾਬ ਲੱਗੇ ਹੋਊਗਾ ਨਾ ਕੈਨੇਡਾ ਜਾਣਾ ਉਹਦਾ ਬਹੁਤ ਔਖਾ ਹੋ ਜਾਣਾ ਲਿਟਰਲੀ ਮੈਂ ਪਿੱਛੇ ਜੇ ਇੱਕ ਨਿਊਜ਼ 'ਚ ਆਇਆ ਸੀਗਾ ਆਪਣੇ ਪੰਜਾਬੀ 4 ਬੰਦੇ ਉੱਧਰ ਸੀਗੇ ਉਹਨਾਂ ਨੇ ਕੀ ਕੀਤਾ ਘਰ ਦੇ ਵਿੱਚ ਦੀ ਭੱਠੀ ਲਾ ਕੇ ਦਾਰੂ ਕੱਢਣ ਲੱਗ ਗਏ ਅਤੇ ਉੱਥੇ ਬਹੁਤ ਤਕੜਾ ਬਲਾਸਟ ਹੋ ਗਿਆ ਜਿਹਦੇ ਨਾਲ ਆਸੇ ਪਾਸੇ ਵਾਲੇ ਘਰ ਦੇ ਵੀ ਇਫੈਕਟਿਡ ਹੋਏ ਅਤੇ ਉਹਨਾਂ ਦੀ ਵੀ ਡੈਥ ਹੋਈ ਮੁੰਡਿਆਂ ਦੀ ਸੋ ਰੀਜ਼ਨ ਕੀ ਹੈ ਕਿ ਬੰਦੇ ਬਾਹਰ ਜਾਂਦੇ ਨੇ ਚਲੋ ਉਹ ਗੱਲਾਂ ਵੱਧਦੀਆਂ ਇੱਕ ਤਾਂ ਮੈਨੂੰ ਲੱਗਦਾ ਸਭ ਤੋਂ ਵੱਡੀ ਗੱਲ ਰੋਜ਼ਗਾਰ ਘੱਟ ਹੈ ਲੋਕ ਜ਼ਿਆਦਾ ਪੈਸਾ ਕਮਾਉਣਾ ਚਾਹੁੰਦੇ ਜਦਕਿ ਜੇ ਅਸੀਂ ਮਿਹਨਤ ਉਹ ਇੱਥੇ ਕਰੀਏ ਜਦੋਂ ਜ਼ਿਮੀਂਦਾਰ ਜਾਂਦੇ ਜਾ ਕੇ ਉੱਥੇ ਟਰੈਕਟਰ ਟਰਾਲੇ ਵੀ ਚਲਾ ਦੇਖੋ ਪਿਛਲੇ ਯੂਜ ਵੀ ਦੇਖੋ ਆਹੀ ਗੱਲ ਹੋਈ ਸੀਗੀ ਇੱਕ ਸ਼ਰਮ ਹੈ ਨਾ ਇੱਧਰ ਜਿਹੜੀ ਆਪਾਂ ਨੂੰ ਮਾਰ ਜਾਂਦੀ ਹੈ ਕੰਮ ਕਰਨ ਕੰਮ ਕੋਈ ਛੋਟਾ ਵੱਡਾ ਨਹੀਂ ਹੈ ਨਾ ਬੰਦੇ ਦੀ ਸੋਚ ਹੁੰਦੀ ਹੈ ਵੱਡੀ ਛੋਟੀ ਅਤੇ ਉੱਧਰ ਜਾ ਕੇ ਆਪਾਂ ਹਰ ਟਾਈਪ ਦਾ ਕੰਮ ਕਰਦੇ ਹਾਂ ਬਿਕੋਜ਼ ਉੱਧਰ ਕੋਈ ਨਹੀਂ ਜਾਣਦਾ ਆਪਾਂ ਹੈ ਨਾ ਉੱਧਰ ਫਰੀਡਮ ਨਾਲ ਆਪਾਂ ਕੰਮ ਕਰਦੇ ਹਾਂ ਬਟ ਜੇ ਉਹੀ ਡੈਡੀਕੇਸ਼ਨ ਅਤੇ ਮਿਹਨਤ ਦੇ ਨਾਲ ਇੱਧਰ ਕੰਮ ਕੀਤਾ ਜਾਵੇ ਨਾ ਇੱਧਰ ਵੀ ਰੋਜ਼ਗਾਰ ਬਹੁਤ ਜ਼ਿਆਦਾ ਨੇ ਹਾਂਜੀ ਬਿਲਕੁਲ ਔਰ ਮੈਂ ਕਹਿਣਾ ਚਾਹੁੰਦੀ ਹਾਂ ਉੱਥੇ ਵੀ ਚਲੇ ਜਾਂਦੇ ਕੰਮ ਵੀ ਕਰਦੇ ਫਿਰ ਵੀ ਪ੍ਰਾਊਡ ਜਿਹੜਾ ਉਹਨਾਂ ਦੇ ਮਨ 'ਚ ਅਸੀਂ ਪੰਜਾਬੀ ਹੁੰਦੇ ਹਾਂ ਜਿੱਦਾਂ ਲਾਈਕ ਉੱਥੇ ਵੀ ਉਹਨਾਂ ਨੂੰ ਜਾ ਕੇ ਲੱਗਦਾ ਕਿ ਪੰਜਾਬ 'ਚ ਐਡੀ ਵੱਡੀ ਚੀਜ਼ ਅਸੀਂ ਪੰਜਾਬ 'ਚ ਫਿਰ ਵੀ ਨਹੀਂ ਰਹਿਣਾ ਚਾਹੁੰਦੇ ਜੇ ਇੰਨਾ ਅਸੀਂ ਮਾਣ ਰੱਖਦੇ ਹਾਂ ਤਾਂ ਆਪਣੇ ਔਨ ਦੀ ਅਦਰ ਪਾਰਟ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਮੈਂ ਗੱਲ ਕਰੂੰਗਾ ਇੰਟਰਨੈਸ਼ਨਲ ਲੈਵਲ ਦੇ ਬਹੁਤ ਚੀਜ਼ਾਂ ਹਾਲੇ ਨੇ ਜਿਹੜੀਆਂ ਕਿ ਇੰਪਰੂਵ ਹੋਣ ਵਾਲੀਆਂ ਨੇ ਉਹਨਾਂ ਦੇਸ਼ਾਂ 'ਚ ਜ਼ਰੂਰ ਉਹ ਦੇਸ਼ ਅੱਗੇ ਨੇ ਬਟ ਜੇ ਆਪਾਂ ਇੱਕ ਜੋਬ ਫੈਕਲਟੀਜ਼ ਦੇਖੀਏ ਜਾਂ ਫਿਰ ਇੱਕ ਦੇਖੀਏ ਸ਼ਰਮ ਦੇ ਮਾਰੇ ਬੰਦੇ ਬਾਹਰ ਜਾ ਰਹੇ ਨੇ ਉਹਦੇ ਕਰਕੇ ਨਹੀਂ ਜਾਣਾ ਚਾਹੀਦਾ ਸਾਫ਼ ਸਫਾਈ ਦੇ ਖੇਤਰ ਦੇ ਵਿੱਚ ਹੋਰ ਸਾਰੀ ਕਈ ਪ੍ਰੋਬਲਮਸ ਜਿਹੜੀਆਂ ਇੰਡੀਆ ਦੇ ਵਿੱਚ ਨੇ ਬਾਹਰ ਨਹੀਂ ਹੈਗੀਆਂ ਉਹਨਾਂ 'ਚ ਉਹ ਦੇਸ਼ ਅੱਗੇ ਵੀ ਨੇ ਉਹਨਾਂ 'ਚ ਆਪਾਂ ਨੂੰ ਹੈ ਨਾ ਜਿਹੜੀ ਜਿਹੀ ਚੀਜ਼ ਦੀ ਤਾਰੀਫਾ ਕਰਨੀ ਵੀ ਚਾਹੀਦੀ ਹੈ ਬਾਕੀ ਮੈਨੂੰ ਲੱਗਦਾ ਹੈ ਕਿ ਜਿੱਦਾਂ ਆਪਾਂ ਸਫਾਈ ਦੀ ਗੱਲ ਕਰੀਏ ਕਦਮ ਤਾਂ ਪਹਿਲਾਂ ਜੀ ਸਾਨੂੰ ਹੀ ਵਧਾਉਣਾ ਪਏਗਾ ਅਸੀਂ ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਜੇ ਆਪ ਆਪਣਾ ਰੈਪਰ ਨਹੀਂ ਗੇਲਦੇ ਤਾਂ ਸਾਡਾ ਪੰਜਾਬ ਕਿੱਦਾਂ ਗੰਦਾ ਹੋ ਜਾਏਗਾ ਹੁਣ ਤੁਸੀਂ ਚੰਡੀਗੜ੍ਹ ਨੂੰ ਲਾ ਲਓ ਚਲੋ ਸਾਫ਼ ਸੁਥਰਾ ਸ਼ਹਿਰ ਹੈ ਉੱਥੇ ਲੋਕਾਂ ਦੀ ਮੈਂਟੈਲਿਟੀ ਕੀ ਹੈ ਮੈਂ ਆਪਣਾ ਪੰਜਾਬ ਜਾਂ ਆਪਣਾ ਸ਼ਹਿਰ ਗੰਦਾ ਨਹੀਂ ਕਰਨਾ ਉੱਥੇ ਜਾ
ਜਸਟ ਫੋਰ ਐਗਜ਼ਾਮਪਲ ਤੁਸੀਂ ਇੱਥੇ ਤੁਹਾਨੂੰ ਆਦਤ ਆ ਤੁਸੀਂ ਰੈਪਰ ਗਿਰਨੇ ਗਿਰਨਾ ਪਰ ਤੁਸੀਂ ਐਂ ਸੜਕਾਂ 'ਤੇ ਪੌਪਕੋਨ ਵਗਾ ਕੇ ਮੈਂ ਜਸਟ ਫੋਰ ਐਗਜ਼ਾਮਪਲ ਤੁਸੀਂ ਸਿੰਗਾਪੁਰ ਦੇ ਵਿੱਚ ਜਾ ਕੇ ਨਹੀਂ ਕਰੋਗੇ ਚੀਜ਼ ਬਿਕੋਜ਼ ਉੱਥੇ ਬਹੁਤ ਹੈਵੀਲੀ ਫਾਈਨ ਆ 25 to 26,000 ਰੁਪਇਆ ਫਾਈਨ ਹੈ ਜੇ ਤੁਸੀਂ ਇੱਕ ਬਰਗਰ ਦਾ ਰੈਪਰ ਵੀ ਗਿਰਤਾ ਉੱਥੇ ਜਾ ਕੇ ਨਹੀਂ ਗਿਰੂ ਗੰਦ ਪਾਉਣ ਵਾਲਾ ਬੰਦਾ ਵੀ ਨਹੀਂ ਪਾਊਗਾ ਮੇਰੇ ਖਿਆਲ ਉਸੇ ਹਿਸਾਬ ਨਾਲ ਪੁਲਿਸ ਨੇ ਹੁਣ ਚਲਾਣ ਵੱਡੇ ਕੀਤੇ ਨੇ ਵੀ ਸ਼ਾਇਦ ਡਰ ਕੇ ਹੈ ਨਾ ਵੀ ਇਹ ਨਾ ਕਰਨ ਬਾਕੀ ਚਲੋ ਵਧੀਆ ਲੱਗੀ ਥੋੜ੍ਹੀ ਥੋੜ੍ਹੀ ਥੈਂਕ ਯੂ ਸੋ ਮਚ